ਸੱਚੀ ਗੱਲ ਦੋਸਤੋ ਅੱਜ ਇੱਕ ਨਵਾਂ ਪ੍ਰੋਗਰਾਮ ਸ਼ੁਰੂ ਕਰਨ ਜਾ ਰਹੇ ਨੇ ਸ਼ੁਗਲੀ ਤੇ ਜੁਗਲੀ ਤੁਹਾਡਾ ਕੀ ਖਿਆਲ ਆ ਪਹਿਲਾਂ ਅਸੀਂ ਬਹਿਸ ਕਰਾਂਗੇ ਕਿ ਸਾਡਾ ਕੀ ਖਿਆਲ ਆ ਫਿਰ ਕਮੈਂਟ ਬਾਕਸ ਦੇ ਵਿੱਚ ਤੁਹਾਡਾ ਖਿਆਲ ਪੁੱਛਾਂਗੇ ਤੁਸੀਂ ਲਿਖ ਕੇ ਭੇਜੋਗੇ ਕਿ ਸਾਡਾ ਇਹ ਖਿਆਲ ਆ ਲੋ ਜੀ ਅੱਜ ਦਾ ਬੁੱਦਾ ਆਪਾਂ ਲੈ ਕੇ ਚੱਲੇ ਆ ਕਿ ਲੋਕਾਂ ਦਾ ਕੰਮ ਬਹੁਤ ਘਟ ਚੁੱਕਾ ਹੈ ਰੋਟੀ ਚੱਲਨੀ ਔਖੀ ਹੋ ਚੁੱਕੀ ਹੈ ਤੇ ਮੇਰੇ ਨਾਲ ਜੁਗਲੀ ਜੀ ਆਪਾਂ ਚ ਬਹਿਸ ਕਰਾਂਗੇ ਗੱਲ ਕਰਾਂਗੇ ਕਿ ਇਸ ਦਾ ਕੀ ਹੱਲ ਹੈ ਹਾਂਜੀ ਤੇ ਦੋਸਤੋ ਮੈਂ ਬੰਲਾ ਕਹਿਣਾ ਚਾਹਾਂਗਾ ਕਿ ਅਸੀਂ ਸਿਰਫ ਤੁਹਾਡੇ ਤਿੰਨ ਜਾਂ ਚਾਰ ਮਿੰਟ ਲੈਣੇ ਆ ਤੇ ਇਹ ਵੀਡੀਓ ਨੂੰ ਅਖੀਰ ਤੱਕ ਜਰੂਰ ਦੇਖਿਓ ਤਾਂ ਹੀ ਤੁਸੀਂ ਆਪਣਾ ਖਿਆਲ ਦੱਸ ਸਕਦੇ ਹੋ ਤੇ ਸ਼ੁਕਲੀ ਜੀ ਗੱਲ ਇਦਾਂ ਹੈ ਕਿ ਜਿਹੜਾ ਟਾਈਮ ਚੱਲ ਰਿਹਾ ਜਿਹੜਾ ਦੌਰ ਚੱਲ ਰਿਹਾ ਤੇ ਜਿਹੜਾ ਅੱਜ ਦਾ ਟਾਈਮ ਹੈ ਲੋਕਾਂ ਦਾ ਕੰਮ ਬਹੁਤ ਔਖਾ ਰੋਟੀ ਪਾਣੀ ਚਲਾਉਣਾ ਔਖਾ ਹੋ ਗਿਆ ਤੇ ਅੱਗੋਂ ਆਉਣ ਵਾਲਾ ਟਾਈਮ ਸ਼ਾਇਦ ਹੋਰ ਵੀ ਇਸ ਤੋਂ ਮਾੜਾ ਹੋਵੇ ਨਹੀਂ ਜੀ ਮੈਂ ਤੇ ਇਸ ਗੱਲ ਨੂੰ ਨਹੀਂ ਮੰਨਦਾ ਦੇਖੋ ਦੁੱਖ ਸੁੱਖ ਜਦੋਂ ਸੂਰਜ ਡੁੱਬਦਾ ਹੈ ਤੇ ਫਿਰ ਸੂਰਜ ਚੜ੍ਹਦਾ ਵੀ ਹੈ ਕੋਈ ਗੱਲ ਨਹੀਂ ਐਸ ਵੇਲੇ ਸੂਰਜ ਡੁੱਬਿਆ ਆ ਚੜ੍ਹੇਗਾ ਵੀ ਆਪਾਂ ਨੂੰ ਹੌਸਲਾ ਰੱਖਣਾ ਚਾਹੀਦਾ ਤੁਸੀਂ ਕਹਿੰਦੇ ਕੰਮ ਘਟ ਗਿਆ ਉਹ ਸਬਜ਼ੀ ਵਾਲਿਆਂ ਦਾ ਡਬਲ ਕਮ ਹੋ ਗਿਆ ਫਰੂਟ ਵਾਲਿਆਂ ਦਾ ਡਬਲ ਕਮ ਹੋ ਗਿਆ ਦਵਾਈਆਂ ਵਾਲਿਆਂ ਦਾ ਡਬਲ ਕਮ ਹੋਇਆ ਡਾਕਟਰਾਂ ਦੀ ਚਾਂਦੀ ਆ ਤੇ ਤੁਸੀਂ ਕਹਿੰਦੇ ਕੰਮ ਹੈ ਨਹੀਂਗਾ ਨਹੀਂ ਤੁਸੀਂ ਤਿੰਨ ਚਾਰ ਜਿਹੜੇ ਪ੍ਰੋਫੈਸ਼ਨਰ ਦੇਖ ਲੇ ਕਿ ਇਹਨਾਂ ਦਾ ਕੰਮ ਵੱਧ ਗਿਆ ਪਰ ਘੱਟੋ ਘੱਟ 100 ਪ੍ਰੋਫੈਸ਼ਨ ਇਦਾਂ ਦੇ ਨੇ ਜਿਨ੍ਹਾਂ ਦਾ ਕੰਮ ਬਿਲਕੁਲ ਖਤਮ ਹੋ ਗਿਆ ਦੇਖੋ ਜੀ ਐਸ ਟਾਈਮ ਜਿਹੜੇ ਜਿਮ ਨੇ ਉਹਨਾਂ ਦਾ ਕੰਮ ਖਤਮ ਹੋ ਗਿਆ ਰੈਸਟੋਰੈਂਟ ਕੰਮ ਖਤਮ ਹੋ ਗਿਆ ਹੋਟਲ ਜਿਹੜੇ ਨੇ ਕੰਮ ਖਤਮ ਹੋ ਗਿਆ ਤੇ ਇੱਦਾਂ ਦੇ ਕਈ ਸਿਨੇਮਾ ਹਾਲ ਟੜਸਾਨ ਨੇ ਸਾਰੇ ਬੰਦ ਪਏ ਨੇ ਕਿਤੇ ਕੋਈ ਫਿਲਮ ਵੀ ਚੱਲਦੀ ਟ੍ਰਾਂਸਪੋਰਟ ਜਿਹੜੀਆਂ ਬੱਸਾਂ ਨੇ ਜੇ ਸਵਾਰੀਆਂ ਨਹੀਂ ਬੈਠਣਗੀਆਂ ਤਾਂ ਰੋਟੀ ਕਿੱਥੋਂ ਚੱਲੇਗੀ ਇਹ ਜਿਹੜੀਆਂ ਇੰਨਾ ਚ ਕਈ ਬੰਦੇ ਜਿਹੜੇ ਮੀਡੀਅਮ ਕਲਾਸ ਫੈਮਿਲੀ ਦੇ ਨੇ ਜਿਹੜੇ ਤੇ ਅਮੀਰ ਉਹਨਾਂ ਨੇ ਪੈਸੇ ਇਕੱਠੇ ਕੀਤੇ ਨੇ ਕਈ ਕੋਲ ਜਿਹੜੀ ਬਚਤ ਹੀ ਨਹੀਂ ਗਈ ਉਹ ਘਰ ਕਿਦਾਂ ਚਲਾਣਗੇ ਰੋਟੀ ਕਿਦਾਂ ਚਲਾਣਗੇ ਤੁਹਾਡੇ ਕੋਲ ਇਹ ਮੈਂ ਮੰਨਣ ਦਾ ਕਿ ਅਮੀਰਾਂ ਨੂੰ ਕੋਈ ਪਰਵਾਹ ਨਹੀਂ ਕਿਉਂਕਿ ਉਹਨਾਂ ਨੇ ਪੈਸਾ ਇਕੱਠਾ ਕੀਤਾ ਆ ਗਰੀਬਾਂ ਨੂੰ ਮੀਡੀਅਮ ਕਲਾਸ ਦੇ ਅਮੀਰ ਲੋਗੋ ਨਾਲ ਦੀ ਹੈਲਪ ਕਰ ਰਹੇ ਨੇ ਬਹੁਤ ਵਧੀਆ ਚੱਲ ਰਿਹਾ ਹੈ ਖਾਣਾ ਸਭ ਨੂੰ ਮਿਲ ਰਿਹਾ ਹੈ ਭੁੱਖਾ ਰਾਤੀ ਕੋਈ ਨਹੀਂ ਹੁੰਦਾ ਪੰਜਾਬ ਦੇ ਵਿੱਚ ਮੇਰੇ ਨਾਲ ਪਰ ਮੈਂ ਤੁਹਾਨੂੰ ਇਹ ਕਹਾਂਗਾ ਕਿ ਮੇਰੇ ਇੱਕ ਦੋਸਤ ਆ ਜੀ ਉਹਨੇ ਇੱਕ ਛੋਟਾ ਥੇਪਾਇਆ ਸੀਗਾ ਤੇ ਹਮੇਸ਼ਾ ਰੋਂਦਾ ਰੰਦਾ ਸੀ ਅੱਜ ਮੇਰਾ ਟਾਇਰ ਪੈਂਚਰ ਹੋ ਗਿਆ ਅੱਜ ਕਮਾਨੀ ਟੁੱਟ ਗਈ ਅੱਜ ਰਸਤੇ 'ਚ ਡੀਟੀਓ ਪੈ ਗਿਆ ਅੱਜ ਰਸਤੇ 'ਚ ਪੁਲਿਸ ਵਾਲਿਆਂ ਨੇ ਫੜ ਲਿਆ ਮੈਨੂੰ ਬਚਦਾ ਕੁਝ ਨਹੀਂ ਬਾੜਾ ਜਦੋਂ ਹੁੰਦਾ ਐ ਵਕਤ ਆਇਆ ਉਹਨੇ ਆਪਣੇ ਛੋਟੇ ਹਾਥੀ ਦੇ ਵਿੱਚ ਖਰਬੂਜੇ ਪਾ ਕੇ ਵੇਚਨੇ ਸ਼ੁਰੂ ਕਰਤੇ ਹਦਵਾਨੇ ਪਾ ਕੇ ਵੇਚਨੇ ਸ਼ੁਰੂ ਕਰਤੇ ਨਾਰੀਰ ਪਾਣੀ ਵੇਚਣਾ ਸ਼ੁਰੂ ਕਰਤਾ ਹੁਣ ਕਹਿੰਦਾ ਮੈਂ ਖੁਸ਼ ਆ ਮੇਰੀ ਗੱਡੀ ਇੱਕ ਜਗ੍ਹਾ ਖੜੀ ਹੁੰਦੀ ਪੈਟਰੋਲ ਵੀ ਨਹੀਂ ਬਲਦਾ ਨਹੀਂ ਗੱਲ ਠੀਕ ਐ ਬੰਦੇ ਨੇ ਆਪਣਾ ਕੰਮ ਚੇਂਜ ਕਰ ਲਿਆ ਪਰ ਹੁਣ ਤੁਸੀਂ ਫਿਰ ਜਗਹ ਲੋ ਕਲਾਕਾਰਾਂ ਬਾਰੇ ਸੋਚੋ ਇੱਕ ਵਧੀਆ ਸਿੰਗਰ ਜਿਹੜਾ ਮਤਲਬ ਕਿ ਜਿਹਦੇ ਕੋਲ ਵੱਡੀ ਗੱਡੀ ਮੋਬਾਈਲ ਐ ਫੈਮਲੀ ਐ ਉਹ ਕੋਈ ਪ੍ਰੋਗਰਾਮ ਹੀ ਨਹੀਂ ਲੱਗੇਗਾ ਤੇ ਉਹ ਪੈਸੇ ਕਿੱਥੋਂ ਆਣਗੇ ਤੇ ਉਹ ਗੱਡੀ ਵਿਚਾਰਾ ਉਹ ਥੋੜਾ ਕੱਸ ਸਕਦਾ ਹੈ ਕਲਾਕਾਰ ਬੰਦਾ ਰੇੜੀ ਥੋੜਾ ਲਾ ਸਕਦਾ ਜਾਂ ਛੋਟਾ ਅਸੀਂ ਥੋੜਾ ਪਾਲ ਸਕਦਾ ਉਹ ਰੋਟੀ ਕਿੱਥੋਂ ਖਾਏਗਾ ਬਿਲਕੁਲ ਠੀਕ ਹੈ ਜੀ ਵਕਤ ਮਾੜਾ ਆਇਆ ਕਲਾਕਾਰਾਂ ਦਾ ਇੱਕ ਵਕਤ ਬਹੁਤ ਵਧੀਆ ਰਿਹਾ ਸੀਗਾ ਇੰਨੇ-ਇੰਨੇ ਪੈਸਿਆਂ ਦੀ ਬਰਸਾਤ ਹੁੰਦੀ ਸੀ ਜੇ ਉਹ ਪੈਸੇ ਖਤਮ ਹੋਣੇ ਸ਼ੁਰੂ ਹੋ ਗਿਆ ਮੈਂ ਕਲਾਕਾਰਾਂ ਦੇ ਨਾਲ ਆ ਜੀ ਮੈਂ ਐਨ ਆਰ ਆ ਬਾਹਰ ਸਾਰੇ ਦੋਸਤਾਂ ਨੂੰ ਕਹਿੰਦਾ ਕਲਾਕਾਰਾਂ ਦੀ ਹੈਲਪ ਕਰੋ ਕਿਉਂਕਿ ਜਿਹੜੇ ਹੈ ਢੋਲੀ ਸਾਜਿੰਦੇ ਮੈਜੀਸ਼ੀਅਨ ਇਨਾਂ ਦਾ ਸਾਰੇ ਬਹੁਤ ਮਾੜਾ ਹਾਲ ਹੈ ਬਾਕੀ ਜਿਹੜੇ ਮੈਂ ਵੱਡੇ ਆਰਟਿਸਟ ਸੀਗੇ ਉਹਨਾਂ ਦੀ ਸ਼ੋਹਰਤ ਖਤਮ ਹੁੰਦੀ ਜਾ ਰਹੀ ਹੈ ਪਰ ਪੈਸੇ ਉਹਨਾਂ ਨੇ ਇਕੱਠੇ ਕੀਤੇ ਹੋਏ ਨੇ ਅਗਰ ਆਪਾਂ ਚਾਹੀਏ ਹਾਲੇ ਵੀ ਥੋੜੀ ਰੋਟੀ ਪਾਣੀ ਚੱਲਦਾ ਰਹੇ ਤੁਸੀਂ YouTube Facebook ਚੈਨਲ ਦੇ ਉੱਤੇ ਜ਼ੋਰ ਦੀ ਕੰਮ ਕਰਦੇ ਰਹੋ ਜ਼ੋਰ ਨਾਲ ਕੰਮ ਕਰਦੇ ਰਹੋ ਕੁਝ ਨਾ ਕੁਝ ਬੰਦੇ ਰਹੋ ਕੁਝ ਕਮਾਈ ਹੋਏਗੀ ਕੋਈ ਛੋਟਾ ਮਟਾ ਬਰਥਡੇ ਆ ਗਿਆ ਕਿਸੇ ਬੱਚੇ ਦਾ 10 ਬੰਦਿਆਂ ਚ ਵੀ ਗੀਤ ਗਾਣਾ ਪਵੇ ਤੇ ਗਾ ਦਿਓ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਘਰ ਦੀ ਰੋਟੀ ਪਾਣੀ ਚੱਲਦੀ ਰਹਿਣੀ ਚਾਹੀਦੀ ਹੈ ਜਿਨਨੇ ਵੀ ਵੱਡੇ ਬੰਦੇ ਸੀ ਨਾ ਜਿਨ੍ਹਾਂ ਦੀ ਸ਼ੋਹਰਤ ਸੀ ਜਿ ਪਰ ਜੇ ਅੱਜ ਸੂਰਜ ਡੁੱਬਿਆ ਸੂਰਜ ਚੜ੍ਹੇਗਾ ਵੀ ਬਸ ਪ੍ਰਮਾਤਮਾ ਦੇ ਅਰਦਾਸ ਕਰੋ ਕਿ ਸਭ ਕੁਝ ਠੀਕ ਠਾਕ ਹੋ ਜਾਏ ਹੁਣ ਦੂਜੇ ਪਾਸੇ ਆਜੋ ਜਿਹੜੇ ਬੰਦੇ ਅੱਛੇ ਅੱਛੇ ਕੰਪਨੀਆਂ ਚ ਲੱਗੇ ਸੀਗੇ ਐਮਬੀਏ ਆ ਕੋਈ ਬੀਬੀਏ ਆ ਅੱਛੇ ਪੜੇ ਲਿਖੇ ਨੇ ਉਹਨਾਂ ਦੇ ਅੱਛੇ ਪੈਕੇਟ ਸੀਗੇ ਕੰਪਨੀਆਂ ਨੇ ਉਹਨਾਂ ਨੂੰ ਵੀ ਕੱਢ ਦਿੱਤਾ ਹੁਣ ਉਹ ਕੀ ਕਰਨ ਵਿਚਾਰੇ ਉਹ ਨਾ ਛੋਟੀ ਕੰਪਨੀ 'ਚ ਲੱਗ ਸਕਦੇ ਨੇ ਨਾ ਕਿਤੇ ਉਹ ਦਿਹਾੜੀ ਕਰ ਸਕਦੇ ਨੇ ਨਾ ਕਿਤੇ ਰੇੜੀ ਲਗਾ ਸਕਦੇ ਨੇ ਤੇ ਉਹ ਆਪਣਾ ਜਿਹੜਾ ਘਰ ਦਾ ਖਰਚਾ ਕਿੱਥੋਂ ਚਲਾ ਮੈਂ ਤੁਹਾਨੂੰ ਇੱਕ ਜਦਾ ਮੇਰੇ ਦੋਸਤ ਦਾ ਇੱਕ ਬੇਟਾ ਉਹ ਵਰਕ ਫਰੋਮ ਹੋਮ ਹੋਮ ਮਿਲ ਗਿਆ ਜੇ ਤੁਸੀਂ ਅੱਛਾ ਕੰਮ ਕੰਪਨੀ ਚ ਕਰ ਰਹੇ ਹੋ ਤੁਹਾਨੂੰ ਵਰਕ ਫਰੋਮ ਹੋਮ ਮਿਲ ਰਿਹਾ ਉਹ ਭਾਈ ਸਾਹਿਬ ਇਹਨਾਂ ਖੁਸ਼ ਆ ਪਹਿਲਾਂ ਬੈਂਗਲੌਰ ਦੇ ਵਿੱਚ ਉਹਨੇ 70000 ਦਾ ਫਲੈਟ ਲਿਆ ਸੀ ਹੂੰ ਹੂੰ ਤੇ ਉਹਨੂੰ ਵਰਕ ਫਰੋਮ ਹੋਮ ਮਿਲ ਗਿਆ ਉਹ ਘਰ ਵੀ ਨਹੀਂ ਆਇਆ ਕਿਉਂਕਿ ਘਰ ਆ ਕੇ ਕੰਮ ਹੁੰਦਾ ਨਹੀਂ ਉਹਨੇ ਗੋਆ ਜਾ ਕੇ ਹੋਟਲ ਲਾ ਲਿਆ 300 ਰੁਪਏ ਰੋਜ਼ ਦਾ ਅੱਛਾ ਤੈਂਸਰ ਬਰਵਾ ਦਾ ਮਹੀਨੇ ਦਾ ਕਿੰਨਾ ਬਣਿਆ 9000 ਰੁਪਏ 9000 70000 ਕਿਰਾਇਆ ਦਿੰਦਾ ਸੀ 9000 ਕਿਰਾਏ ਦੇ ਵਿੱਚ 호텔 ਲੈ ਲਿਆ ਗੋਆ ਦੇ ਵਿੱਚ ਗੋਆ ਬਿਲਕੁਲ ਸਮੁੰਦਰ ਦੇ ਸਾਹਮਣੇ ਸਿਰੇ ਜਾ ਕੇ ਲੈਪਟਾਪ ਲੈ ਕੇ ਸਮੁੰਦਰ ਦੇ ਸਾਹਮਣੇ ਬੈਠ ਕੇ ਨਾਲੇ ਜਿੰਦਗੀ ਦੇ ਨਜ਼ਾਰੇ ਲਾਂਦਾ ਨਾ ਉੱਪਰ ਕੋਈ ਬੋਸ ਨਾਲੇ ਜਿੰਨੀ ਕਮਾਈ ਪਹਿਲਾਂ ਸੀ ਉਨੀ ਖਰਚੇ ਘਟ ਗਏ ਕਮਾਈਆਂ ਆਉਣੀਆਂ ਹੀ ਐ ਤਾਂ ਮੈਂ ਦੁਸ਼ਕਾਂ ਨੂੰ ਕਹਿਣਾ ਚਾਹਾਂਗਾ ਕਿ ਹਰ ਬੰਦੇ ਨੂੰ ਲੋੜਵੰਦ ਦੀ ਮਦਦ ਕਰਨੀ ਚਾਹੀਦੀ ਹੈ ਭਾਵੇਂ ਕਿਸੇ ਤਰੀਕੇ ਵੀ ਤੁਸੀਂ ਮਦਦ ਕਰੋ ਇਹ ਬੁਰਾ ਟਾਈਮ ਚੱਲ ਰਿਹਾ ਹੈ ਹੌਲੀ ਹੌਲੀ ਠੀਕ ਹੋ ਜਾਏਗਾ ਸਾਨੂੰ ਕਭਰਾਨਾ ਹੀ ਚਾਹੀਦਾ ਪਰ ਮੈਂ ਦਰਸ਼ਕਾਂ ਨੂੰ ਕਹਿਣਾ ਚਾਹਾਂਗਾ ਜਿਹੜਾ ਟਾਈਮ ਚੱਲ ਰਿਹਾ ਹੈ ਸਾਨੂੰ ਲੋੜਵੰਦ ਦੀ ਮਦਦ ਕਰਨੀ ਚਾਹੀਦੀ ਹੈ ਕਿਸੇ ਵੀ ਤਰ੍ਹਾਂ ਭਾਵੇਂ ਪੈਸਿਆਂ ਦੇ ਨਾਲ ਭਾਵੇਂ ਰਾਸ਼ਨ ਦੇ ਨਾਲ ਕਿਸੇ ਤਰ੍ਹਾਂ ਕਿਉਂਕਿ ਇਹ ਔਖਾ ਟਾਈਮ ਨਿਕਲ ਜਾਵੇ ਔਖਾ ਟਾਈਮ ਨਿਕਲੇਗਾ ਤੇ ਇਸ ਤੋਂ ਬਾਅਦ ਚੰਗਾ ਟਾਈਮ ਵੀ ਆਏਗਾ ਅਸੀਂ ਰਲ ਕੇ ਇਸ ਟਾਈਮ ਨੂੰ ਕੱਢੀਏ ਤੁਹਾਡਾ ਦਿਵਾਰਗੀ ਬਿਲਕੁਲ ਇਸ ਗੱਲ 'ਤੇ ਮੈਂ ਤੁਹਾਡੇ ਨਾਲ ਬਿਲਕੁਲ ਸਹਿਮਤ ਹਾਂ ਜਿਹੜਾ ਵਕਤ ਚੱਲ ਰਿਹਾ ਹੈ بڑے ਲੋਕਾਂ ਨੂੰ ਇਹਦਾ ਫਾਇਦਾ ਹੋਇਆ ਹੈ بڑے ਲੋਕਾਂ ਨੂੰ ਨੁਕਸਾਨ ਹੋਇਆ ਹੈ ਵਕਤ ਮਾੜਾ ਆਂਦਾ ਹੈ ਹਮੇਸ਼ਾ ਆਂਦਾ ਰੰਦਾ ਜਾਂਦਾ ਰੰਦਾ ਇਸ ਵਕਤ ਨੂੰ ਆਪਾਂ ਸੰਭੀਏ ਪਰ ਪ੍ਰਮਾਤਮਾ ਦੇਖ ਰਿਹਾ ਜੇ ਅਸੀਂ ਸਾਡੀ ਰੋਟੀ ਚੰਜ ਨਾਲ ਚੱਲ ਰਹੀ ਹੈ ਚੰਗੀ ਤਰ੍ਹਾਂ ਚੱਲ ਰਹੀ ਹੈ ਗਰੀਬਾਂ ਦੀ ਨਹੀਂ ਲੋੜ ਵਾਂਦੀ ਅਗਰ ਆਪਾਂ ਹੈਲਪ ਕਰਦੇ ਆਂ ਤੇ ਪ੍ਰਮਾਤਮਾ ਤੁਹਾਨੂੰ ਬਹੁਤ ਦੇਗਾ ਤੇ ਦੋਸਤੋ ਜੋ ਵੀ ਆਪਾਂ ਗੱਲਬਾਤ ਕੀਤੀ ਸਾਡੇ ਖਿਆਲ ਤੇ ਤੁਸੀਂ ਸੁਣ ਲੇ ਤੇ ਤੁਹਾਡਾ ਦੇ ਬਾਰੇ ਕੀ ਖਿਆਲ ਹੈ ਸਾਨੂੰ ਜਰੂਰ ਦੱਸੋ ਇਸ ਪ੍ਰੋਗਰਾਮ ਦਾ ਨਾਮ ਹੀ ਤੁਹਾਡਾ ਕੀ ਖਿਆਲ ਹੈ ਤੇ ਸਾਡੇ ਕਮੈਂਟ ਬਹੁਤ ਚਾਪਾ ਇੰਤਜ਼ਾਰ ਕਰਾਂਗੇ ਤੁਹਾਡੇ ਖਿਆਲ ਤੁਹਾਡੇ ਕਮੈਂਟਸ ਪਾ ਲਾਣੋ